ਲੋਕਾਂ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ SGPC ਦਾ ਵੱਡਾ ਰੋਲ ਹੈ। SGPC ਨੇ ਪੰਜਾਬ ਦੇ ਪਿੰਡਾਂ ਵਿੱਚ ਵੱਖ ਵੱਖ ਗੁਰਦੁਆਰਿਆਂ ਨੂੰ ਇੱਕ ਗੁਰਦੁਆਰਾ ਸਾਹਿਬ ਵਿੱਚ ਇਕੱਠਾ ਕਰਨ ਲਈ ਖਾਸ ਮੁਹਿੰਮ ਚਲਾਈ ਹੈ, ਜਿਸ ਦੇ ਤਹਿਤ ਹੁਣ ਤੱਕ ਪੰਜਾਬ ਦੇ 201 ਗੁਰਦੁਆਰੇ ਇਕੱਠੇ ਕੀਤੇ ਜਾ ਚੁੱਕੇ ਨੇ। ਇਸੇ ਦੇ ਤਹਿਤ ਨਾਭਾ ਦੇ ਫੈਜ਼ਗੜ੍ਹ ਪਿੰਡ ਦੇ 2 ਗੁਰਦੁਆਰਿਆਂ ਨੂੰ ਇਕੱਠਾ ਕਰਕੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ, ਜਿਸ ਵਿੱਚ ਸਭ ਜਾਤਾਂ ਦੇ ਲੋਕਾਂ ਨੇ ਇਕੱਠਾ ਹੋ ਕੇ ਮੱਥਾ ਟੇਕਿਆ। ਸੋ ਅੱਜ ਬਹੁਤ ਹੀ ਮੈਂ ਸਮਝਦਾ ਖੁਸ਼ੀ ਦੀ ਗੱਲ ਹੈ ਕਿ ਪਿੰਡ ਫੈਜ਼ਗੜ੍ਹ ਦੀ ਸਮੁੱਚੀ ਸੰਗਤ ਨੇ, ਜਿੱਥੇ ਪਹਿਲਾਂ 2 ਗੁਰਦੁਆਰੇ ਸੀ, ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਇੱਥੇ ਇੱਕ ਗੁਰਦੁਆਰਾ ਇਹਨਾਂ ਨੇ ਸਥਾਪਿਤ ਹੋਇਆ। ਸੋ ਮੈਂ ਸਮਝਦਾ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਦੇ ਉਸ ਮਿਸ਼ਨ ਨੂੰ ਲੈ ਕੇ ਚੱਲੇ ਨੇ ਔਰ 550 ਸਾਲਾਂ ਜੋ ਪ੍ਰਕਾਸ਼ ਪੁਰਬ ਆ ਰਿਹਾ ਉਹਨੂੰ ਸਮਰਪਿਤ ਇਹ ਸਾਰੀ ਇਹਨਾਂ ਦੇ ਗੁਰੂ ਦੀ ਵਿਚਾਰਧਾਰਾ ਨੂੰ ਅਪਣਾਇਆ ਕਿ ਮਿਲਵੇ ਕੀ ਮਹਿਮਾ ਵਰਨ ਮੈਂ ਸਾਕੋ ਨਾਨਕ ਪਰੈ ਪ੍ਰੀਲਾ, ਔਰ ਜਾਤ ਪਾਤ ਤੋਂ ਉੱਪਰ ਉੱਠ ਕੇ ਔਰ ਸਾਰੇ ਗੱਲਾਂ ਤੋਂ ਉੱਪਰ ਉੱਠ ਕੇ ਸੁਰਗੁਰੂ ਨਾਨਕ ਏਕਤਾ ਦਾ ਸੰਦੇਸ਼ ਦਿੱਸਾ, ਉਹ ਸੰਦੇਸ਼ ਨੂੰ ਲੈ ਕੇ ਇਹਨਾਂ ਨੇ ਅੱਜ ਉਹ ਸਾਰਾ ਅਪਣਾਇਆ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹ ਇੱਕ ਲਹਿਰ ਸ਼ੁਰੂ ਕੀਤੀ ਗਈ ਹੈ ਕਿ ਇੱਕ ਪਿੰਡ ਇੱਕ ਗੁਰਦੁਆਰਾ, ਉਹ ਲਹਿਰ ਦਾ ਇਹ ਪਿੰਡ ਵਾਲੇ ਸਾਰਾ ਹਿੱਸਾ ਬਣੇ ਨੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਾਤ ਪਾਤ ਦੇ ਨਾਂ 'ਤੇ, ਬਰਾਦਰੀ ਦੇ ਨਾਂ 'ਤੇ ਜਿਹੜੇ ਗੁਰੂ ਘਰ ਨਹੀਂ ਹੋਣੇ ਚਾਹੁੰਦੇ, ਇੱਕੋ ਹੀ ਗੁਰੂ ਘਰ ਹੋਣਾ ਚਾਹੀਦਾ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚਾਹੋ ਵਰਨਾ ਕੋ ਸਾਂਝਾ, ਕਿ ਸਤਿਗੁਰੂ ਮਹਾਰਾਜ ਦਾ ਉਪਦੇਸ਼ ਸਾਰਿਆਂ ਨੂੰ ਜਿਵੇਂ ਸਾਂਝਾ ਹੈ ਅਤੇ ਇੱਕ ਥਾਂ 'ਤੇ ਬੈਠ ਕੇ ਅਸੀਂ ਉਹ ਉਪਦੇਸ਼ ਸਰਵਣ ਕਰੀਏ, ਉਹਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ। ਜਿਹੜੇ ਦਿੱਲੀ ਦਾ ਵੀ ਬਾਹਰ ਤੁਰੇ ਫਿਰਦੇ ਨੇ, ਭਾਵੇਂ ਕਮਲਨਾਥ ਹੈਗਾ ਔਰ ਭਾਵੇਂ ਜਗਦੀਸ਼ ਟਾਈਟਲ ਹੈ, ਅਤੇ ਉਹ ਵੀ ਜੋ ਦੋਸ਼ੀ ਨੇ ਸ਼ਰੇਆਮ, ਉਹ ਮੌਕੇ ਦੇ ਗਵਾਹ ਨੇ ਜਿਨ੍ਹਾਂ ਨੇ ਕਿਹਾ ਕਿ ਸਾਰੀ ਉਹ ਜਿਹੜੀ ਭੀੜ ਸੀ ਜਿਨ੍ਹਾਂ ਨੇ ਸਿੱਖਾਂ ਦੇ ਕਤਲ ਕੀਤੇ ਨੇ, ਹਜ਼ਾਰਾਂ ਦੇ ਵਿੱਚ ਲੋਕਾਂ ਨੂੰ ਮਾਰਿਆ, ਉਹ ਭੀੜ ਦੀ ਅਗਵਾਈ ਕਰ ਰਹੇ ਸੀ। ਇਸ ਗੱਲ ਦਾ ਦੁੱਖ ਹੁੰਦਾ ਜਦੋਂ ਕਮਲਨਾਥ ਵਰਗਿਆਂ ਨੂੰ ਜਿਹੜੀ ਇਹ ਕਾਂਗਰਸ ਅੱਜ ਉਹਨਾਂ ਨੂੰ ਮੁੱਖ ਮੰਤਰੀ ਬਣਾ ਰਹੀ ਹੈ, ਵੱਡੇ ਵੱਡੇ ਅਹੁਦੇ ਦੇ ਰਹੀ ਹੈ, ਉਹ ਸਮਝਦਾ ਸਿੱਖ ਹਿਰਦਿਆਂ 'ਤੇ ਇੱਕ ਲੂਣ ਛਿੜਕਣ ਦਾ ਕੰਮ ਹੋ ਰਿਹਾ। ਇਹ ਵੀ ਮੈਂ ਦੇਖਦਾ ਕਿ ਗਾਂਧੀ ਪਰਿਵਾਰ ਦੇ ਮਨ ਦੇ ਵਿੱਚੋਂ ਅਜੇ ਸਿੱਖਾਂ ਪ੍ਰਤੀ ਜਿਹੜੀ ਨਫ਼ਰਤ ਅਜੇ ਗਈ ਨਹੀਂ, ਸਗੋਂ ਉਹ ਉਹਨਾਂ ਦੋਸ਼ੀਆਂ ਨੂੰ ਵੱਡੀਆਂ ਸਜ਼ਾਵਾਂ ਦੇ ਰਹੇ, ਵੱਡੀਆਂ ਪਦਵੀਆਂ ਦੇ ਰਹੇ ਨੇ, ਸਗੋਂ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਇਸ ਤਾਂ ਇਹੀ ਆਸ ਕਰਦੇ ਹਾਂ। ਵੀ ਬਾਹਰ ਤੁਰੇ ਫਿਰਦੇ ਨੇ, ਭਾਵੇਂ ਕਮਲਨਾਥ ਹੈਗਾ ਔਰ ਭਾਵੇਂ ਜਗਦੀਸ਼ ਟਾਈਟਲ ਹੈ, ਅਤੇ ਉਹ ਵੀ ਜੋ ਦੋਸ਼ੀ ਨੇ ਸ਼ਰੇਆਮ, ਉਹ ਮੌਕੇ ਦੇ ਗਵਾਹ ਨੇ ਜਿਨ੍ਹਾਂ ਨੇ ਕਿਹਾ ਕਿ ਸਾਰੀ ਉਹ ਜਿਹੜੀ ਭੀੜ ਸੀ ਜਿਨ੍ਹਾਂ ਨੇ ਸਿੱਖਾਂ ਦੇ ਕਤਲ ਕੀਤੇ ਨੇ, ਹਜ਼ਾਰਾਂ ਦੇ ਵਿੱਚ ਲੋਕਾਂ ਨੂੰ ਮਾਰਿਆ, ਉਹ ਭੀੜ ਦੀ ਅਗਵਾਈ ਕਰ ਰਹੇ ਸੀ। ਇਸ ਗੱਲ ਦਾ ਦੁੱਖ ਹੁੰਦਾ ਜਦੋਂ ਕਮਲਨਾਥ ਵਰਗਿਆਂ ਨੂੰ ਜਿਹੜੀ ਇਹ ਕਾਂਗਰਸ ਅੱਜ ਉਹਨਾਂ ਨੂੰ ਮੁੱਖ ਮੰਤਰੀ ਬਣਾ ਰਹੀ ਹੈ, ਵੱਡੇ ਵੱਡੇ ਅਹੁਦੇ ਦੇ ਰਹੀ ਹੈ, ਉਹ ਸਮਝਦਾ ਸਿੱਖ ਹਿਰਦਿਆਂ 'ਤੇ ਇੱਕ ਲੂਣ ਛਿੜਕਣ ਦਾ ਕੰਮ ਹੋ ਰਿਹਾ। ਇਹ ਵੀ ਮੈਂ ਦੇਖਦਾ ਕਿ ਗਾਂਧੀ ਪਰਿਵਾਰ ਦੇ ਮਨ ਦੇ ਵਿੱਚੋਂ ਅਜੇ ਸਿੱਖਾਂ ਪ੍ਰਤੀ ਜਿਹੜੀ ਨਫ਼ਰਤ ਅਜੇ ਗਈ ਨਹੀਂ, ਸਗੋਂ ਉਹ ਉਹਨਾਂ ਦੋਸ਼ੀਆਂ ਨੂੰ ਵੱਡੀਆਂ ਸਜ਼ਾਵਾਂ ਦੇ ਰਹੇ, ਵੱਡੀਆਂ ਪਦਵੀਆਂ ਦੇ ਰਹੇ ਨੇ, ਸਗੋਂ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਇਸ ਤਾਂ ਇਹੀ ਆਸ ਕਰਦੇ ਹਾਂ। ਨਗਰ ਸਾਡਾ ਜੀ, ਅਸੀਂ ਲੌਂਗੋਵਾਲ ਸਾਹਿਬ ਦੇ ਇੱਥੇ ਆਏ, ਸਾਡੇ ਪਿੰਡ ਵਿੱਚ ਸਾਨੂੰ ਇੰਨਾ ਹੀ ਬਹੁਤ ਖੁਸ਼ੀ ਹੋਈ ਆ ਜੀ, ਐਡੇ ਪ੍ਰਧਾਨ ਸਾਡੇ ਨਿੱਕੇ ਜਿਹੇ ਪਿੰਡ ਵਿੱਚ ਆਏ ਜੀ, ਸਾਨੂੰ ਬਹੁਤ ਚਾਅ ਜੀ। ਸਾਡਾ ਛੋਟਾ ਜਿਹਾ ਪਿੰਡ ਸੀਗਾ ਜੀ, 2 ਗੁਰਦੁਆਰੇ ਸਨ, ਸਾਨੂੰ ਇਹ ਦਿੱਕਤ ਸੀਗਾ ਵੀ ਸਾਡੀਆਂ ਬੀਬੀਆਂ ਭੈਣਾਂ ਆਉਣ ਵਾਲੇ ਬੱਚੇ ਜਦੋਂ ਮੱਥਾ ਟੇਕਣ ਤਾਂ ਇੱਥੇ ਇਕੱਠੇ ਹੋਣਗੇ ਤਾਂ ਹੋਰ ਵੀ ਪਿਆਰ ਵਧੇਗਾ ਜੀ, ਅਤੇ ਸਾਡਾ ਹੋਰ ਵੀ ਸਹਿਯੋਗ ਨਾਲ ਅਸੀਂ ਸਿੱਖੀ ਵੱਲ ਨੂੰ ਜ਼ਿਆਦਾ ਵਧਾਂਗੇ ਜੀ। ਹੋਈ ਹੈ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਗੁਰੂ ਘਰ ਹੋਏ ਨੇ, ਉਸ ਪਾਸੇ ਗੁਰੂ ਘਰ ਮਸੀਤ ਵਿੱਚ ਸਨ ਸਾਡੇ, ਇਸ ਕਰਕੇ ਅਸੀਂ ਗੁਰੂ ਘਰ ਇੱਕ ਕਿਤੇ ਚਾਰੇ ਜਾਤ ਵਰਨ ਹੀ ਇੱਕ ਹੋ ਗਏ ਹਾਂ। ਬਹੁਤ ਖੁਸ਼ੀ ਹੈ, ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਹੋਰ ਸਾਨੂੰ ਇਹ ਬੜੀ ਪ੍ਰੋਬਲਮ ਹੁੰਦੀ ਹੈ ਕਿ ਜਿਹੜੇ ਆ ਸੈਂਟਰ ਸਰਕਾਰ ਨੇ ਸ਼ਹੀਦੀ ਗੁਰਗ੍ਰੁੱਪ 'ਚ ਵੋਟਾਂ ਰੱਖ ਲੈਣ, ਬਹੁਤ ਦੁੱਖ ਦੀ ਗੱਲ ਇਹ ਵੀ ਸਾਨੂੰ ਹੋ ਰਹੀ।